ਜੈ ਸ਼੍ਰੀ ਰਾਮ ਸਾਰਿਆਂ ਨੂੰ। ਹਾਂਜੀ ਰਾਮ ਰਾਮ ਸਾਰਿਆਂ ਨੂੰ। ਅੱਜ ਆਪਾਂ ਆਏ ਹਾਂ ਜੀ ਰਾਜੂ ਪ੍ਰਭੂ ਜੀ ਦੇ ਨਾਲ। ਪ੍ਰਭੂ ਜੀ ਦੱਸਣਗੇ ਅੱਜ ਅਯੋਧਿਆ ਦੇ ਬਾਰੇ। ਪ੍ਰਭੂ ਜੀ ਦੱਸੋ ਇਸ ਚੀਜ਼। ਅੱਜ ਬਾਈ ਅੱਜ ਦਾ ਦਿਨ ਇਸ ਲਈ ਲੋਕਾਂ ਨੇ ਬੜਾ ਧੂਮਧਾਮ ਨਾਲ ਮਨਾਇਆ। ਰਾਮ ਜੀ ਦਾ ਜਦ ਦਰਬਾਰ ਅਯੋਧਿਆ 'ਚ ਤਿਆਰ ਹੋਇਆ, ਇਹ ਪਿਛਲੇ 1528 ਸਾਲ ਦਾ ਵਿਵਾਦ ਚੱਲਦਾ ਪਿਆ ਸੀ, ਕਿਉਂਕਿ ਮੰਦਿਰ ਇੱਥੇ ਪਹਿਲੇ ਵੀ ਸੀ ਪਰ ਕਿਸੇ ਦੂਜੇ ਸ਼ਰਾਰਤੀ ਤੱਤਾਂ ਨੇ ਇਹਨਾਂ ਨੂੰ ਤੋੜ ਦਿੱਤਾ ਸੀ। ਔਰ ਅੱਜ 1528 ਦੀ ਇਹ ਲੜਾਈ ਚੱਲਦੀ ਹੋਈ ਸੀ ਔਰ ਅੱਜ 2004 ਸਾਲ ਦੇ ਵਿੱਚ ਬਾਈ ਜਨਵਰੀ ਨੂੰ ਉਸੇ ਜਗ੍ਹਾ 'ਤੇ ਦੁਬਾਰਾ ਮੰਦਿਰ ਬਣ ਗਿਆ ਔਰ ਅੱਜ ਉੱਥੇ ਰਾਮ ਲੱਲਾ ਜੀ ਦੀ 5 ਸਾਲ ਦੀ ਆਯੂ ਦੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ। ਔਰ ਵਿਗ੍ਰਹਿ ਜੋ ਤਿੰਨੂ 'ਚ ਸੀ 1528 'ਚ ਰਾਮ ਜੀ, ਉਹ ਅੱਜ ਵਿਸ਼ਾਲ ਮੰਦਿਰ ਦੇ ਵਿੱਚ ਅੱਜ ਸਥਾਪਿਤ ਕਰ ਦਿੱਤਾ। ਅਸੀਂ ਅੱਜ ਦੀਵਾਲੀ ਬਣਾਈ ਹੈ ਸਾਰਿਆਂ ਨੇ, ਕਿਉਂਕਿ ਅੱਜ 500 ਸਾਲ ਬਾਅਦ ਆਇਆ ਅਤੇ ਅਸੀਂ ਬੜੇ ਕਰਮਾਂ ਵਾਲੇ ਹਾਂ ਜਿਹੜੇ ਸਾਡੇ ਸਾਹਮਣੇ ਅੱਜ ਅਸੀਂ ਇਹ ਦਿਨ ਵੇਖਿਆ ਕਿ ਰਾਮ ਮੰਦਿਰ ਦਾ ਅੱਜ ਸ਼ੁਭਾਰੰਭ ਹੋਇਆ। ਉਸੇ ਜਗ੍ਹਾ 'ਤੇ ਪਹਿਲੇ ਮੰਦਿਰ ਸੀ ਪਰ ਹੁਣ ਨਵਾਂ ਮੰਦਿਰ ਬਣ ਕੇ ਤਿਆਰ। ਇਸ ਲਈ ਅੱਜ 22 ਜਨਵਰੀ ਬੜੀ ਧੂਮਧਾਮ ਨਾਲ ਮਨਾਇਆ। ਧੰਨਵਾਦ ਤੁਹਾਡਾ ਗਿਆਨ ਮੰਡਣ ਵਾਸਤੇ ਸਾਨੂੰ ਬੱਚਿਆਂ ਨੇ। ਚੱਲਦੇ ਰਹੋ ਭਗੀ, ਚੱਲਦੇ ਰਹੋ, ਚੱਲਦੇ ਨਾਲਾ ਲੱਗੇ ਕੀ ਹੋ।
ਜੈ ਸ਼੍ਰੀ ਰਾਮ ਸਾਰਿਆਂ ਨੂੰ ਬਣਨ ਦੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ।